ਬੱਤੀ ਕੱਟ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਵੱਖਰੇ ਤਰੀਕੇ ਦੇ ਨਾਲ ਪ੍ਰਦਰਸ਼ਨ ਕੀਤਾ ਜਾ ਰਿਹਾ। ਦੇਖ ਸਕਦੇ ਤਸਵੀਰਾਂ ਦੇ ਵਿੱਚ ਪੱਖੀਆਂ ਅਤੇ ਮੋਮਬੱਤੀਆਂ ਵੰਡੀਆਂ ਜਾ ਰਹੀਆਂ ਆਮ ਲੋਕਾਂ ਨੂੰ, ਕਿਉਂਕਿ ਪੁਰਾਣੇ ਦਿਨ ਇਹ ਸਰਕਾਰ ਨੇ ਯਾਦ ਕਰਵਾਤੇ। ਅੱਜ ਅਨੋਖੇ ਤਰੀਕੇ ਦੇ ਨਾਲ ਪ੍ਰਦਰਸ਼ਨ ਕੀਤਾ ਜਾ ਰਿਹਾ। ਗੱਲਬਾਤ ਵੀ ਕਰਦੇ ਹਾਂ, ਪਰ ਉਸ ਤੋਂ ਪਹਿਲਾਂ ਜਿਹੜੀਆਂ ਤਸਵੀਰਾਂ ਨੇ ਅਨੋਖੀ ਅੰਮ੍ਰਿਤਸਰ ਦੀਆਂ ਤਸਵੀਰਾਂ ਦਿਖਾਈਆਂ ਜਾ ਰਹੀਆਂ ਕਿ ਸਰਕਾਰ ਨੂੰ ਜਗਾਉਣ ਵਾਸਤੇ ਇੱਕ ਇੱਕ ਪੱਖੀ ਅਤੇ ਮੋਮਬੱਤੀ ਦਿੱਤੀ ਜਾ ਰਹੀ ਹੈ ਆਮ ਲੋਕਾਂ ਨੂੰ। ਆਮ ਲੋਕ ਕੀ ਸੋਚਦੇ ਉਹਨਾਂ ਨਾਲ ਗੱਲਬਾਤ ਕਰਾਂਗੇ। ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਵਰਕਰ ਨੇ ਉਹਨਾਂ ਨਾਲ ਗੱਲਬਾਤ ਕਰਦੇ। ਹਾਂਜੀ ਸਰ, ਆਪਣਾ ਨਾਮ ਦੱਸ। ਮੇਰਾ ਨਾਮ ਦਿਲਬਾਗ ਸਿੰਘ ਹੈ, ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਐਸ ਸੀ ਵਿੰਗ ਅੰਮ੍ਰਿਤਸਰ ਤੋਂ। ਅੱਜ ਵਾਰਡ ਨੰਬਰ 71 ਦੇ ਵਿੱਚ ਪਿੰਡ ਅਨਗੜ ਦੇ ਵਿੱਚ ਪੱਖੀਆਂ ਅਤੇ ਮੋਮਬੱਤੀਆਂ ਵੰਡੀਆਂ ਜਾ ਰਹੀਆਂ, ਕਿਉਂਕਿ ਜੋ ਚੰਨੀ ਦੀ ਸਰਕਾਰ ਨੇ ਵਾਅਦੇ ਕੀਤੇ ਸੀ ਕਿ ਤੁਹਾਨੂੰ ਬੱਤੀ ਫ੍ਰੀ ਦਿੱਤੀ ਜਾਊਗੀ, ਪਰ ਫ੍ਰੀ ਤਾਂ ਕਹਿ ਦਿੱਤਾ ਪਰ ਲਾਈਟ ਹੀ ਨਹੀਂ ਆ ਰਹੀ। ਲੋਕ ਪੈਸੇ ਦੇਣ ਨੂੰ ਤਿਆਰ ਹੈ ਪਰ ਲਾਈਟ ਤਾਂ ਆਵੇ। ਇਹ ਕਹਿ ਰਹੇ ਸੀ 3 ਰੁਪਏ ਯੂਨਿਟ ਅਸੀਂ ਲਾਈਟ ਦੇਵਾਂਗੇ, ਪਰ ਉਹ ਜਿਹੜੀ 10 ਰੁਪਏ ਯੂਨਿਟ ਸੀ ਉਹ ਵੀ ਜਾ ਰਹੀ ਹੈ। ਪਰ ਇਹ ਕਿੰਨਾ ਖਿਆਲ ਆਇਆ ਕਿ ਅਨੋਖੇ ਤਰੀਕੇ ਦੇ ਨਾਲ ਪ੍ਰਦਰਸ਼ਨ ਕੀਤਾ ਜਾ ਰਿਹਾ? ਅਨੋਖੇ ਤਰੀਕੇ ਨਾਲ ਪ੍ਰਦਰਸ਼ਨ ਤਾਂ ਹੀ ਕੀਤਾ ਜਾ ਰਿਹਾ ਕਿ ਲਾਈਟ ਤਾਂ ਆ ਹੀ ਨਹੀਂ ਰਹੀ ਸਰ। ਲਾਈਟ ਆਵੇ ਤਾਂ ਫਿਰ ਹੀ ਪਤਾ ਲੱਗੇ ਨਾ। ਇਹ ਜਿਹੜੀ ਸਰਕਾਰ ਆ ਝੂਠ ਦੀ ਸਰਕਾਰ ਬਣੀ ਆ, ਝੂਠ ਦੀ ਸਰਕਾਰ ਕਾਰਨ ਹੀ ਅੱਜ ਪੱਖੀਆਂ ਅਤੇ ਮੋਮਬੱਤੀਆਂ ਵੰਡੀਆਂ ਜਾ ਰਹੀਆਂ। ਬਿਲਕੁਲ ਜੀ, ਦੇਖ ਸਕਦੇ ਹੋ ਕਿ ਅਨੋਖੇ ਤਰੀਕੇ ਦੇ ਨਾਲ ਪ੍ਰਦਰਸ਼ਨ ਕੀਤਾ ਜਾ ਰਿਹਾ ਸ਼੍ਰੋਮਣੀ ਅਕਾਲੀ, ਲੋਕਾਂ ਦੇ ਨਾਲ ਵੀ ਗੱਲਬਾਤ ਕਰਦੇ ਹਾਂ। ਹਾਂਜੀ, ਕੀ ਨਾਮ ਹੈ ਜੀ? ਪਰਮਜੀਤ ਕੌਰ। ਪੱਖੀਆਂ ਵੰਡੀਆਂ ਜਾ ਰਹੀਆਂ, ਮੋਮਬੱਤੀਆਂ, ਲੱਗਦਾ ਕਿ ਚਾਨਣ ਹੋਵੇਗਾ ਹੁਣ? ਨਹੀਂ ਹੋਵੇਗਾ ਜੀ। ਜੋ ਸਰਕਾਰ ਨੇ ਵਾਅਦੇ ਕੀਤੇ ਸੀ ਲੱਗਦਾ ਪੂਰੇ ਹੋਏ? ਨਹੀਂ, ਕੋਈ ਪੂਰਾ ਨਹੀਂ ਕਰਦੇ। ਹਾਂ, ਕੋਈ ਜੇ ਵਾਅਦੇ ਪੂਰੇ ਕਰਦੇ ਹੁਣ ਤਾਂ ਸਾਨੂੰ ਵੀ ਪਤਾ ਵੇ ਕਿ ਸਾਡੀ ਕੋਈ ਪਬਲਿਕ ਦੀ ਮੰਨਣ ਡਏ ਆ। ਆਪੋ ਆਪਣੇ ਮਸਲੇ ਹੱਲ ਕਰਦੇ ਜਿਹੜਾ ਕੋਈ ਪ੍ਰਧਾਨ ਹੁੰਦਾ। ਹਾਂਜੀ, ਕਿੱਦਾਂ ਦੇਖ ਰਹੇ ਹੋ? ਹਾਂਜੀ ਮੈਮ, ਸਰਕਾਰ ਇਹ ਆ ਵੀ ਬੇਨਤੀ ਇਹੋ ਹੀ ਆ ਵੀ ਬੱਤੀ ਨਹੀਂ ਆ ਸਕਦੀ ਅਤੇ ਬੱਚਿਆਂ ਨੂੰ ਡੇਂਗੂ ਬੁਖਾਰ ਹੋਣ ਡਿਆ ਆ ਅਤੇ ਬੱਤੀ ਦਾ ਕੋਈ ਮਸਲਾ ਹੱਲ ਨਹੀਂ ਹੋ ਸਕਦਾ। ਵੀ ਗਰੀਬ ਬੰਨੇ ਤਾਂ ਬੱਤੀ ਦਾ ਵੀ ਅਸੀਂ ਬਿੱਲ ਵੀ ਦੇਣ ਨੂੰ ਤਿਆਰ ਬੈਠੇ ਹਾਂ, ਤਾਂ ਉਹ ਬਿੱਲ ਵੀ ਕਾਹਦੇ ਦੇਣੇ ਜਦੋਂ ਬੱਤੀ ਨਹੀਂ ਆਉਣੀ? ਪਰ ਸਰਕਾਰ ਵੱਲੋਂ ਕਹਿ ਦਿੰਦੇ ਘਰ ਘਰ ਜਿਹੜੇ ਕਿ ਬੱਤੀ ਦੇ ਬਿੱਲ ਨਹੀਂ ਆਉਣਗੇ, ਬੱਤੀ ਪ੍ਰੋਪਰ ਆਊਗੀ, ਲੱਗਦਾ ਬੱਤੀ ਆ ਰਹੀ? ਨਹੀਂ ਆ ਰਹੀ ਜੀ। ਹੋਰ ਹੀ ਲੋਕ? ਹਾਂਜੀ, ਕੀ ਨਾਮ ਹੈ? ਕਸ਼ਮੀਰ ਕੌਰ। ਕਸ਼ਮੀਰ ਸਾਹਿਬ ਜੀ, ਅਜੇ ਪ੍ਰਦਰਸ਼ਨ ਕੀਤਾ ਜਾ ਰਿਹਾ, ਪੱਖੀ ਅਤੇ ਮੋਮਬੱਤੀ ਦਿੱਤੀ ਜਾ ਰਹੀ ਆ, ਕਿੱਦਾਂ ਦੇਖ ਰਹੇ ਹੋ ਸਰਕਾਰ? ਸਰਕਾਰ ਕੋਈ ਦੇ ਹਾਲਾਤ ਹੀ ਨਹੀਂ ਹੈਗੇ ਸਰਕਾਰ ਦੇ ਚੰਗੇ, ਸਾਰੇ ਵਾਅਦੇ ਕਰੀ ਜਾਂਦੇ, ਝੂਠੇ ਵਾਅਦੇ ਕਰਨ ਦੇ ਆ ਸਾਰੇ। 6-6 ਘੰਟੇ ਤੱਕ ਬੱਤੀ ਦਾ ਕੱਟ ਲਾ ਰਹੇ ਆ, ਬੱਚੇ ਵਿਚਾਰੇ ਰਾਤ ਰੋਂਦੇ ਸੌਂਦੇ ਨਹੀਂ ਹੈਗੇ, ਮੱਛਰ ਲੜਦਾ ਬੁਖਾਰ ਹੋਣ ਦਿਆ, ਬਹੁਤ ਬੱਚੇ ਬਿਮਾਰ ਹੋਏ ਆ। ਲੱਗਦਾ ਕਿ ਘਰ ਦੀਆਂ ਜਿੰਨੀਆਂ ਘਰੇਲੂ ਚੀਜ਼ਾਂ ਸਾਰੀਆਂ ਮਹਿੰਗੀਆਂ ਹੋ ਰਹੀਆਂ? ਹਾਂ, ਬਹੁਤ ਸਿਲੰਡਰ, ਰਸੋਈ ਤਾਂ ਸਾਰੀ ਮਹਿੰਗੀ ਕਰਤੀ ਨਾ, ਰਸੋਈ ਵੱਲੋਂ ਕੋਈ ਕਮੀ ਨਹੀਂ ਛੱਡੀ ਨਾ ਮਹਿੰਗੀ ਕਰਨ ਤੋਂ, ਸਾਰੀ ਰਸੋਈ ਮਹਿੰਗੀ ਆ। ਲੱਗਦਾ ਕਿ ਆਮ ਲੋਕਾਂ ਦੇ ਉੱਤੇ ਅਸਰ ਪੈ ਰਿਹਾ? ਹਾਂਜੀ, ਸਾਰੀ ਪਬਲਿਕ 'ਤੇ ਅਸਰ ਪੈਂਦਾ ਪਿਆ, ਪਬਲਿਕ ਦੁਖੀ ਹੋਈ ਇਹਨਾਂ ਤੋਂ। ਬਿਲਕੁਲ ਜੀ, ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਹੱਥ ਵਿੱਚ ਪੱਖੀਆਂ ਫੜੀਆਂ ਅਤੇ ਮੋਮਬੱਤੀਆਂ ਫੜੀਆਂ, ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਦੇ ਵੱਲੋਂ ਵੱਖਰੇ ਤਰੀਕੇ ਦੇ ਨਾਲ ਪ੍ਰਦਰਸ਼ਨ ਕੀਤਾ ਜਾ ਰਿਹਾ, ਸਰਕਾਰ ਨੂੰ ਕਿਤੇ ਨਾ ਕਿਤੇ ਜਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਕਿ ਜੋ ਸਰਕਾਰ ਨੇ ਵਾਅਦੇ ਕੀਤੇ ਨੇ ਆਮ ਲੋਕਾਂ ਦੇ ਨਾਲ ਉਹ ਪੂਰੇ ਕੀਤੇ ਜਾਣ। ਇਸ ਕਰਕੇ ਅੱਜ ਅੰਮ੍ਰਿਤਸਰ ਦੇ ਅਨਗੜ ਦੇ ਵਿੱਚ ਜਿਹੜਾ ਕਿ ਇਹਨਾਂ ਦੇ ਵੱਲੋਂ ਵੱਖਰੇ ਤਰੀਕੇ ਦੇ ਨਾਲ ਪ੍ਰਦਰਸ਼ਨ ਕੀਤਾ ਜਾ ਰਿਹਾ ਕਿ ਸਰਕਾਰ ਜਿਹੜੀ ਸੁੱਤੀ ਹੋਈ ਸਰਕਾਰ ਆ ਉਹ ਕਿਤੇ ਨਾ ਕਿਤੇ ਜਾਗ ਜਾਣ ਅਤੇ ਆਮ ਲੋਕਾਂ ਦੇ ਜਿਹੜੇ ਵਾਅਦੇ ਕੀਤੇ ਆਮ ਲੋਕਾਂ ਨਾਲ ਉਹ ਆਮ ਲੋਕਾਂ ਦੇ ਪੂਰੇ ਹੋ ਸਕਣ। ਕੈਮਰਾਮੈਨ ਜੈ ਰਾਮ ਦੇ ਨਾਲ ਮਨਜਿੰਦਰ ਸਿੰਘ, ਲਿਵਿੰਗ ਇੰਡੀਆ ਨਿਊਜ਼, ਅੰਮ੍ਰਿਤਸਰ।